ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਸੜਕੀ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਜਾਨ ਚਲੀ ਗਈ। ਪਰਿਵਾਰ ਰੋ ਰੋ ਕੇ ਬੇਹਾਲ ਹੈ। ਹਾਲੇ ਸਾਲ ਕੁ ਪਹਿਲਾਂ ਹੀ ਕੈਨੇਡਾ ਗਿਆ ਸੀ ਰੋਜ਼ੀ ਰੋਟੀ ਦੇ ਲਈ। ਸ਼ਿਫਟ ਖਤਮ ਹੋਣ ਤੋਂ ਬਾਅਦ ਆਪਣੇ ਸਾਥੀ ਡਰਾਈਵਰ ਦੇ ਨਾਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੋ ਟਰੱਕਾਂ ਦੀ ਆਮੋ ਸਾਹਮਣੇ ਟੱਕਰ ਹੋਈ ਅਤੇ ਇਹਨਾਂ ਦੇ ਟਰੱਕ ਨੂੰ ਭਿਆਨਕ ਅੱਗ ਲੱਗੀ, ਜਿਸ ਦੇ ਵਿੱਚ ਧਰਮਿੰਦਰ ਸਿੰਘ ਸੜ ਕੇ ਰਾਖ ਹੋ ਗਿਆ। ਇਸ ਤੋਂ ਪਹਿਲਾਂ ਧਰਮਿੰਦਰ 10 ਸਾਲ ਸਿੰਗਾਪੁਰ ਦੇ ਵਿੱਚ ਵੀ ਲਾ ਕੇ ਆਇਆ ਹੈ। ਦੱਸਦੇ ਕਿ ਰੋਜ਼ੀ ਰੋਟੀ ਦੇ ਲਈ ਕੈਨੇਡਾ ਗਿਆ ਸੀ, ਉੱਥੇ ਡਰਾਈਵਰ ਸੀ ਤਾਂ ਸੜਕੀ ਹਾਦਸੇ ਦੇ ਵਿੱਚ ਉਸਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਧਰਮਿੰਦਰ ਇਕੱਲਾ ਹੀ ਘਰ ਦੇ ਵਿੱਚ ਕਮਾਉਣ ਗਿਆ ਸੀ, ਜੋ ਆਪਣੇ ਪਿੱਛੇ ਪਤਨੀ ਅਤੇ ਮਾਸੂਮ ਧੀ ਨੂੰ ਛੱਡ ਗਿਆ। ਤਾਂ ਦੱਸਦੇ ਕਿ ਕੈਨੇਡਾ ਦੇ ਵਿੱਚ ਇਸ ਨੌਜਵਾਨ ਦੀ ਸੜਕੀ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ। ਰੋਜ਼ੀ ਰੋਟੀ ਦੇ ਲਈ ਸਾਲ ਕੁ ਪਹਿਲਾਂ ਹੀ ਵਿਦੇਸ਼ ਗਿਆ ਸੀ ਤਾਂ ਸੜਕੀ ਹਾਦਸੇ ਦੇ ਵਿੱਚ ਇਸਦੀ ਜਾਨ ਚਲੀ ਗਈ। ਫਿਰੋਜ਼ਪੁਰ ਦੇ ਪਿੰਡ ਰਾਮਪੁਰਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਮੇਰੇ ਜੀਜਾ ਜੀ ਸੀ, ਉਹਨਾਂ ਦਾ ਨਾਮ ਸਰਦਾਰ ਧਰਮਿੰਦਰ ਸਿੰਘ ਹੈ। ਇਹ ਸਰੀ ਦੇ ਵਿੱਚ ਕਰਦੇ ਸੀ ਅਤੇ ਸਰੀ ਦੇ ਵਿੱਚ ਇਹਨਾਂ ਦਾ ਕਲਿਫ ਰੋਡ ਹਾਈਵੇ ਨੰਬਰ 5 'ਤੇ ਐਕਸੀਡੈਂਟ ਹੋਇਆ 23 ਤਰੀਕ ਨੂੰ ਰਾਤ ਨੂੰ, ਕੋਈ 10 ਵਜੇ ਅੱਧੀ ਰਾਤ ਨੂੰ ਕੋਈ ਹੋਇਆ। ਅਤੇ ਦੋ ਟਰੋਲੇ ਦੱਸਦੇ ਆ ਕਿ ਇੱਕ ਸੈਮੀ ਟਰੱਕ ਸੀਗਾ, ਇੱਕ ਵੱਡਾ ਟਰੋਲਾ ਸੀਗਾ, ਉਹਨਾਂ ਦੇ ਵਿੱਚ ਆਪਣੇ ਆਹਮੋ ਸਾਹਮਣੇ ਟੱਕਰ ਹੋਈ ਹੈ, ਅਤੇ ਜਿਹਦੇ ਵਿੱਚ ਦੱਸਦੇ ਆ ਕਿ ਬਾਅਦ ਵਿੱਚ ਬਲਾਸਟ ਹੋ ਗਿਆ ਅਤੇ ਵੀ ਕੁਛ ਵੀ ਨਹੀਂ ਬਚਿਆ ਉੱਥੇ। ਇਹ ਪਿਛਲੇ ਸਾਲ ਮਾਰਚ ਵਿੱਚ ਗਿਆ ਸੀ 2023 ਵਿੱਚ। ਉਸ ਤੋਂ ਪਹਿਲਾਂ ਇਹਨਾਂ ਨੇ 10-12 ਸਾਲ ਸਿੰਗਾਪੁਰ, ਹਾਂਜੀ, ਹੈਵੀ ਲਾਇਸੈਂਸ ਸੀਗਾ ਇਹਨਾਂ ਦੇ ਕੋਲ, ਉੱਥੇ ਵੀ ਸਿੰਗਾਪੁਰ ਵੀ ਪਹਿਲੇ ਇਹੀ ਡਰਾਈਵਿੰਗ ਦਾ ਹੀ ਕਰਦੇ ਸੀਗੇ। 23 ਤਰੀਕ ਨੂੰ ਰਾਤ ਨੂੰ ਦੱਸਿਆ ਇਹਨਾਂ ਨੇ ਸਾਨੂੰ, ਤੇ 24 ਤਰੀਕ ਨੂੰ ਕੱਲ ਸਾਨੂੰ ਪਤਾ ਲੱਗਾ ਸਵੇਰੇ, ਤੇ 23 ਤਰੀਕ ਨੂੰ ਦੱਸਦੇ ਅੱਧੀ ਰਾਤ ਨੂੰ ਹੋਇਆ। ਪਰਿਵਾਰ ਵਿੱਚ ਉਹਨਾਂ ਦੀ ਇੱਕ ਬੇਟੀ ਹੈ ਜਿਹਦੀ ਉਮਰ 8 ਸਾਲ ਹੈ, ਤੇ ਇੱਕ ਉਹਨਾਂ ਦੀ ਵਾਈਫ ਹੈ, ਤੇ ਡਿਪੈਂਡੈਂਟ ਸਾਰਾ, ਬਸ ਕਿ ਪੇਰੈਂਟਸ ਸੀਗੇ ਬਸ, ਤੇ ਸਾਰਾ ਘਰ ਨੂੰ ਚਲਾਉਣ ਵਾਲੇ ਉਹੀ ਸੀਗੇ, ਬਸ ਉਹਦੇ 'ਤੇ ਡਿਪੈਂਡੈਂਟ ਸੀਗੇ। ਇਹ ਰਾਮਪੁਰਾ ਪਿੰਡ ਵਿੱਚ ਰਹਿੰਦੇ ਜੀ, ਫਿਰੋਜ਼ਪੁਰ ਡਿਸਟ੍ਰਿਕਟ। ਬਿਲਕੁਲ ਜੀ, ਘਾਟਾ ਤਾਂ ਹੈ ਹੀ ਹੈ ਜੀ, ਬਹੁਤ ਜ਼ਿਆਦਾ ਪਰਮਾਤਮਾ ਨੇ ਧੱਕਾ ਕੀਤਾ ਪਿੱਛੇ, ਪਰਿਵਾਰ ਦੇ ਹੁਣ ਚਲਾਉਣ ਵਾਲਾ ਕੋਈ ਨਹੀਂ ਰਹਿ ਗਿਆ। ਮਗਰ ਅਤੇ ਜਿਸ ਤਰੀਕੇ ਨਾਲ ਦੱਸਦੇ ਆ ਕਿ ਵੀ ਅੱਗ ਦੇ ਵਿੱਚ ਹੀ ਸਾਰਾ ਕੁਛ ਉੱਥੇ ਹੋ ਗਿਆ ਕੰਮ ਖਤਮ, ਅਤੇ ਸਾਨੂੰ ਤਾਂ ਲਾਸ਼ ਦੀ ਵੀ ਉਮੀਦ ਨਹੀਂ ਹੈਗੀ। ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਕਿ ਚਲੋ ਜੋ ਬੱਚੇ ਆ ਜਾਂ ਗੁੜੀਆ ਹੈ ਪਿੱਛੇ, ਉਹਨਾਂ ਨੂੰ ਮਤਲਬ ਜੋ ਬਣਦੀ ਮਦਦ ਉਹਨਾਂ ਦੀ ਕੀਤੀ ਜਾਵੇ, ਤਾਂ ਕਿ ਉਹਨਾਂ ਦੇ ਜੀਣੇ ਦਾ ਸਹਾਰਾ ਕੁਛ ਅੱਗੇ ਹੋਵੇ, ਉਹਨਾਂ ਨੂੰ ਕੁਛ ਪੈਸੇ ਦੀ ਜਾਂ ਜਿੱਦਾਂ ਵੀ ਮਦਦ ਕੀਤੀ ਜਾਵੇ। ਬੜਾ ਸੋਚ ਕੇ ਬਾਹਰ ਜਾਂਦਾ ਬੰਦਾ ਕਿ ਆਪਣੇ ਪਰਿਵਾਰ ਇੱਡਾ ਵੱਡਾ ਹਾਦਸਾ। ਹਾਂਜੀ, ਇਹ ਤਾਂ ਬਰਦਾਸ਼ਤ ਹੀ ਨਹੀਂ ਹੁੰਦਾ ਜੀ, ਹੁਣ ਕੱਲ੍ਹ ਦਾ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਵਿਚਾਰਾ ਕੀ ਸੋਚ ਕੇ ਉਹ ਗਿਆ ਸੀ ਘਰੋਂ, ਕੀ ਸੋਚ ਕੇ, ਬਾਕੀ ਉਹਦੀ ਗਲਤੀ ਵੀ ਨਹੀਂ ਹੈ, ਉਹ ਤਾਂ ਸਾਈਡ 'ਤੇ ਬੈਠਾ ਸੀਗਾ। ਦੱਸਣ ਵਿੱਚ ਸੁਣਨ ਵਿੱਚ ਇਹ ਆ ਰਿਹਾ ਕਿ ਉਹ ਡਰਾਈਵਿੰਗ ਹੀ ਨਹੀਂ ਸੀ ਕਰਦਾ, ਉਹਦੀ ਸ਼ਿਫਟ ਪੂਰੀ ਹੋ ਗਈ ਸੀ, ਉਹ ਸਾਈਡ 'ਤੇ ਬੈਠਾ ਸੀ, ਔਰ ਆਹਮੋ ਸਾਹਮਣੇ ਟੱਕਰ ਵਿੱਚ ਮਤਲਬ ਉਹਨਾਂ ਦੀ ਡੈਥ ਦੱਸਦੇ ਆ, ਉਹ ਡਰਾਈਵਰ ਸ਼ਾਇਦ ਕਹਿੰਦੇ ਬਚ ਗਿਆ। ਅਜੇ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ, ਪਰ ਉਹ ਕਹਿੰਦੇ ਕਿ ਅੰਡਰ ਇਨਵੈਸਟੀਗੇਸ਼ਨ ਹੈ, ਅਜੇ ਪੁਲਿਸ ਦੇ ਅੰਡਰ ਕਹਿੰਦੇ ਚੱਲ ਰਿਹਾ। ਪੁਲਿਸ ਨੇ ਉੱਥੋਂ ਕੁਛ ਕਲੀਅਰ ਨਹੀਂ ਕੀਤਾ ਕਿ ਇਹਦੀ ਹਾਦਸੇ ਦੀ ਵਜ੍ਹਾ ਕੀ ਸੀ,
ਜਾਂ ਇਹਦੇ ਵਿੱਚ ਕੌਣ ਕੌਣ ਬਾਈ ਨੇਮ, ਉਹਨਾਂ ਨੇ ਅਜੇ ਸਾਨੂੰ ਕੁਛ ਨਹੀਂ ਦੱਸਿਆ ਇਹਦੇ ਵਿੱਚ। ਹਾਂਜੀ, ਸਰੀ ਵਿੱਚ ਰਹਿੰਦੇ ਸੀ। ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ, ਮੈਂ ਮੇਰੇ ਜੀਜਾ ਜੀ ਸੀ ਜੀ।